ਮੇਰੇ ਹਰ ਦੁੱਖੀ ਆਪਣੇ ਸੁੱਖਾਂ ਨਾਲ ਵਟਾ ਲੈਂਦੀ ਸੀ, ਮੈਨੂੰ ਵੇਖ ਕੇ ਉਦਾਸ ਸੀਨੇ ਨਾਲ ਲਾ ਲੈਂਦੀ ਸੀ। ਹੇ ਮਾਂ ਦੀ ਮਮਤਾ ਮਾਰੂ ਥਲ ਵਿੱਚ ਛਾਂ ਹੁੰਦੀ, ਕਿਉਂ ਗਲੀਆਂ ਦੇ ਵਿੱਚ ਰੁਲਦੇ ਜੇ ਅੱਜ ਮਾਂ ਹੁੰਦੀ, ਮੇਰੀ ਹਾਲਤ ਵਾਂਗ ਫਕੀਰਾਂ ਹਏ ਨਾ ਹੁੰਦੀ, ਕਿਉਂ ਗਲੀਆਂ ਦੇ ਵਿੱਚ ਰੁਲਦੇ ਜੇ ਅੱਜ ਮਾਂ ਹੁੰਦੀ, ਕਿਉਂ ਗਲੀਆਂ ਦੇ ਵਿੱਚ ਰੁਲਦੇ ਜੇ ਅੱਜ ਮਾਂ ਹੁੰਦੀ। ਵਾਹ ਜੀ ਵਾਹ, ਕਿਆ ਬਾਤ ਹੈ, ਤੁਸੀਂ ਬੜਾ ਹੀ ਸੋਹਣਾ ਗਾਈ ਜਾਂਦੇ ਹੋ ਜੀ। ਇੱਥੇ ਮੈਨੂੰ ਤੁਹਾਡੀ ਵੌਇਸ ਸੁਣੀ ਅਤੇ ਮੈਂ ਸੋਚਿਆ ਵੀ ਪਤਾ ਨਹੀਂ ਕਿੱਧਰੋਂ ਆਵਾਜ਼ ਆ ਰਹੀ ਹੈ, ਅਤੇ ਬਹੁਤ ਵਧੀਆ ਲੱਗਿਆ ਤੁਹਾਡੀ ਵੌਇਸ ਸੁਣ ਕੇ। ਅਤੇ ਅੱਜ ਜਿਸ ਤਰ੍ਹਾਂ ਕਿ ਇਸ ਵਕਤ ਆਪਾਂ ਖੜ੍ਹੇ ਹਾਂ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਯਾਦਗਾਰੀ ਸ਼ਹੀਦੀ ਸਮਾਰਕ ਵਿੱਚ ਖੜ੍ਹੇ ਹਾਂ, ਬਹੁਤ ਵਧੀਆ ਲੱਗਿਆ। ਤੁਸੀਂ ਜਿਸ ਤਰ੍ਹਾਂ ਕਿ ਹੁਣ ਗੀਤ ਗਾਇਆ ਤਾਂ ਉਹਨਾਂ ਦਾ ਅੱਜ ਜਨਮ ਦਿਹਾੜਾ ਗਾ, ਤਾਂ ਸਾਨੂੰ ਇੱਕ ਥੋੜ੍ਹੀ ਜਿਹੀ ਰਿਕੁਐਸਟ ਹੈ ਕਿ ਸਾਨੂੰ ਉਹਨਾਂ ਨਾਲ ਰਿਲੇਟਡ, ਉਹਨਾਂ ਦੇ ਇਸ ਜਨਮ ਦਿਹਾੜੇ 'ਤੇ ਕੋਈ ਉਹਨਾਂ ਨਾਲ ਰਿਲੇਟਡ ਸੌਂਗ ਸੁਣਾ ਸਕਦੇ? ਹਾਂ ਜ਼ਰੂਰ ਸੁਣਾਵਾਂਗੇ ਜੀ। ਅੱਛਾ ਜ਼ਰੂਰ ਸੁਣਾਓ। ਠੀਕ ਹੈ। ਰੀਸ ਮਾਰਦੇ ਕੀਦੀ ਓਏ ਸਰਦਾਰ ਸਰਾਭੇ ਦੀ, ਕਿਹੜਾ ਰੀਸ ਕਰੂਗਾ ਓਏ ਕਰਤਾਰ ਸਰਾਭੇ ਦੀ, ਰੀਸ ਮਾਰਦੇ ਕੀਦੀ ਓਏ ਸਰਦਾਰ ਸਰਾਭੇ ਦੀ, ਕਿਹੜਾ ਰੀਸ ਕਰੂਗਾ ਓਏ ਕਰਤਾਰ ਸਰਾਭੇ ਦੀ। ਜਿਵੇਂ ਤਣਦਾ ਸੀਨਾ ਓਵੇਂ ਤਣਿਆ ਜਾਣਾ ਨਹੀਂ, ਚਿੱਟਾ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ, ਓਏ ਸ਼ੀਸ਼ੀਆਂ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ, ਓਏ ਚਿੱਟਾ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ। ਨਾਲ ਅਣਖ ਦੇ ਜੀ ਗਿਆ ਜਦ ਸੀ ਰਾਜ ਫਰੰਗੀ ਦਾ, ਇੱਕੋ ਸ਼ੌਂਕ ਸੀ ਪੂਰਾ ਦੁਸ਼ਮਣ ਮਿਲ ਗਿਆ ਟੰਗੀ ਦਾ। ਜਿਵੇਂ ਤਣਦਾ ਸੀਨਾ ਓਵੇਂ ਤਣਿਆ ਜਾਣਾ ਨਹੀਂ, ਚਿੱਟਾ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ, ਓਏ ਚਿੱਟਾ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ। ਊਧਮ ਸਿੰਘ ਨੇ ਲੰਡਨ ਜਾ ਕੇ ਡੈਰ ਮਾਰਿਆ ਸੀ, ਪੰਜਾਬ ਕਰਾ ਕੇ ਚੇਤੇ ਡੈਰ ਦੇ ਫੈਰ ਮਾਰਿਆ ਸੀ। ਸਦਾ ਸੂਰਮੇ ਕਹਿੰਦੇ ਹੱਕ ਕਿਸੇ ਦਾ ਖਾਣਾ ਨਹੀਂ, ਓਏ ਚਿੱਟਾ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ, ਓਏ ਸ਼ੀਸ਼ੀਆਂ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ, ਓਏ ਚਿੱਟਾ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ। ਦੌਰ ਨਸ਼ੇ ਦਾ ਵਿੱਚ ਪੰਜਾਬ ਦੇ ਖੁੱਲ੍ਹਾ ਚੱਲਦਾ ਏ, ਇੱਕ ਜਗ ਰੂਪ ਸਰਾਭਾ ਤੁਹਾਨੂੰ ਮੈਸੇਜ ਚੱਲਦਾ ਏ। ਦੌਰ ਨਸ਼ੇ ਦਾ ਵਿੱਚ ਪੰਜਾਬ ਦੇ ਖੁੱਲ੍ਹਾ ਚੱਲਦਾ ਏ, ਇੱਕ ਜਗ ਰੂਪ ਸਰਾਭਾ ਤੁਹਾਨੂੰ ਮੈਸੇਜ ਘੱਲਦਾ ਏ। ਓਏ ਜਾਗੋ ਨਸ਼ੇ ਤਿਆਗੋ ਇਹ ਦਸ਼ਮੇਸ਼ ਦਾ ਪਾਣਾ ਨਹੀਂ, ਓਏ ਚਿੱਟਾ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ, ਓਏ ਚਿੱਟਾ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ, ਓਏ ਸ਼ੀਸ਼ੀਆਂ ਪੀ ਕਰਤਾਰ ਸਰਾਭਾ ਬਣਿਆ ਜਾਣਾ ਨਹੀਂ। ਵਾਹ ਜੀ ਵਾਹ, ਤੁਸੀਂ ਬਹੁਤ ਹੀ ਵਧੀਆ ਗਾਇਆ ਜੀ। ਸਾਨੂੰ ਵੀ ਕਹਿੰਦੇ ਕਿ ਅੱਜ ਦਾ ਸਾਡਾ ਇਹ ਜੋ ਦਿਨ ਹੈ, ਸਾਡਾ ਐਪੀਸੋਡ ਹੈ, ਤੁਸੀਂ ਹੋਰ ਵੀ ਕਹਿੰਦੇ ਵਧੀਆ ਬਣਾ ਦਿੱਤਾ ਹੈ ਨਾ, ਖੂਬਸੂਰਤ ਬਣਾ ਦਿੱਤਾ ਉਸਨੂੰ। ਭਾਅ ਜੀ ਤੁਸੀਂ ਆਪਣਾ ਨਾਮ ਤਾਂ ਦੱਸੋ ਸਾਡੇ ਦਰਸ਼ਕਾਂ ਨੂੰ। ਰਿੰਕੂ ਰੰਗੂਵਾਲ ਜੀ। ਰਿੰਕੂ ਰੰਗੂਵਾਲ, ਬਹੁਤ ਵਧੀਆ ਗਾਉਂਦੇ ਹੋ ਜੀ, ਪਰਮਾਤਮਾ ਕਰੇ ਤੁਹਾਨੂੰ ਅੱਗੇ ਵੀ ਤਰੱਕੀਆਂ ਹੋਣ, ਕਿਉਂਕਿ ਤੁਹਾਡੀ ਵੌਇਸ ਬਹੁਤ ਅੱਛੀ ਹੈ ਜੀ। ਬਹੁਤ ਵਧੀਆ ਲੱਗਿਆ ਕਿਉਂਕਿ ਅੱਜ ਦੇ ਦਿਨ ਜੋ ਇਹ ਸੌਂਗ ਤੁਸੀਂ ਗਾਇਆ, ਇੱਕ ਯਾਦਗਾਰੀ ਦੇ ਤੌਰ 'ਤੇ ਬਹੁਤ ਵਧੀਆ ਲੱਗਿਆ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਵਿਰਸਾ ਪੰਜਾਬੀਆਂ ਦਾ ਪ੍ਰੋਗਰਾਮ ਲੈ ਕੇ ਮੈਂ ਮਨਦੀਪ ਕੌਰ ਸਰਾਂ ਆਪ ਜੀ ਦਾ ਸਵਾਗਤ ਕਰਦੀ ਹਾਂ ਜੀ। ਪ੍ਰੋਗਰਾਮ ਦੇ ਹਰ ਪੜਾਅ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਪਿੰਡਾਂ ਦੇ ਵਿੱਚ ਜਾਂਦੇ ਹਾਂ, ਅਸੀਂ ਪਿੰਡਾਂ ਦੇ ਨਾਲ ਜੁੜਦੇ ਹਾਂ, ਪਿੰਡਾਂ ਦੀਆਂ ਹਵਾਵਾਂ ਦੇ ਨਾਲ ਜੁੜਦੇ ਹਾਂ ਜੀ, ਉਸੇ ਤਰ੍ਹਾਂ ਅੱਜ ਇੱਕ ਖਾਸ ਪਿੰਡ ਦੇ ਵਿੱਚ ਇੱਕ ਖਾਸ ਯਾਦ ਨੂੰ ਲੈ ਕੇ ਆਪਾਂ ਪਹੁੰਚੇ ਹਾਂ ਜੀ, ਪਿੰਡ ਸਰਾਭਾ ਵਿੱਚ। ਇਸ ਪਿੰਡ ਵਿੱਚ ਅੱਜ ਆਪਾਂ ਪਹੁੰਚੇ, ਇੱਕ ਖਾਸੀਅਤ ਵੀ ਹੈ ਜੀ, ਕਿਉਂਕਿ ਅੱਜ 120ਵਾਂ ਜਨਮ ਦਿਹਾੜਾ ਜੋ ਸ਼ਹੀਦ ਕਰਤਾਰ ਸਿੰਘ ਸਰਾਭੇ ਜੀ ਦਾ ਜੋ ਅੱਜ ਮਨਾਇਆ ਜਾ ਰਿਹਾ ਜੀ। ਕਹਿੰਦੇ ਦਮ ਦਿੱਤਿਆਂ ਬਾਜ ਨਾ ਦਮ ਮਿਲਦੇ, ਟੋਣੇ ਦਮਾਂ ਦੇ ਬਾਜ ਨਾ ਢੋਏ ਜਾਂਦੇ, ਬਿਨਾਂ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਾ ਰੋਏ ਜਾਂਦੇ, ਸ਼ਰਫ਼ ਦਾਗ ਗੁਲਾਮੀ ਦੇ ਜੱਗ ਉੱਤੋਂ ਕੌਮੀ ਖੂਨ ਦੇ ਬਾਜ ਨਾ ਧੋਏ ਜਾਂਦੇ। ਆਓ ਜੀ ਕਰਦੇ ਹਾਂ ਇਸ ਪਿੰਡ ਦਾ ਸਫ਼ਰ, ਅਤੇ ਜਾਣਦੇ ਹਾਂ ਉਹਨਾਂ ਪਲਾਂ ਨੂੰ, ਉਹਨਾਂ ਯਾਦਾਂ ਨੂੰ, ਅਤੇ ਜੁੜਦੇ ਹਾਂ ਉਹਨਾਂ ਯਾਦਾਂ ਦੇ ਨਾਲ। ਆਓ ਜੀ।
ਦਰਸ਼ਕੋ ਇਸ ਵਕਤ ਆਪਾਂ ਖੜ੍ਹੇ ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਵਿੱਚ ਜਿੱਥੇ ਕਿ ਉਹਨਾਂ ਦਾ ਬਚਪਨ ਬੀਤਿਆ ਉਹਨਾਂ ਦੀ ਜਵਾਨੀ ਜੋ ਉਹਨਾਂ ਨੇ ਇੱਥੇ ਮਾਣੀ ਅਤੇ ਆਖਿਰਕਾਰ ਸ਼ਹੀਦੀ ਪ੍ਰਾਪਤ ਕਰ ਗਏ ਉਹਨਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਇੱਥੇ ਆ ਕੇ ਇਸ ਸਥਾਨ 'ਤੇ ਆ ਕੇ ਪਿੰਡ ਸਰਾਭੇ ਦੇ ਵਿੱਚ ਆ ਕੇ ਅੱਜ ਅਸੀਂ ਉਹਨਾਂ ਯਾਦਾਂ ਨਾਲ ਜੁੜੇ ਸਾਨੂੰ ਲੋੜ ਹੈ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲੀਏ ਹਿੰਦਵਾਸੀ ਉਹ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ ਖਾਤਰ ਦੇਸ਼ ਦੀ ਲੱਗੇ ਹਾਂ ਚਰਨ ਫਾਂਸੀ ਸਾਨੂੰ ਦੇਖ ਕੇ ਨਾ ਘਬਰਾ ਜਾਣਾ ਅੱਜ ਦਾ ਪਿੰਡ ਸਰਾਭੇ ਦਾ ਸਫ਼ਰ ਸਾਡਾ ਬਹੁਤ ਹੀ ਖੂਬਸੂਰਤ ਸਫ਼ਰ ਰਿਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੋ ਕਿ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਇੱਕ ਉਹ ਇਨਕਲਾਬੀ ਜਿਨ੍ਹਾਂ ਦੀਆਂ ਯਾਦਾਂ ਅੱਜ ਵੀ ਸਾਡੇ ਕੋਲ ਸੰਭਾਲੀਆਂ ਹੋਈਆਂ ਨੇ ਸਾਨੂੰ ਉਹਨਾਂ ਸ਼ਹੀਦਾਂ ਅਤੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਜ਼ਰੂਰਤ ਹੈ ਸੋ ਤੁਹਾਨੂੰ ਅੱਜ ਦਾ ਇਹ ਸਫ਼ਰ ਉਹਨਾਂ ਦੇ ਜਨਮ 'ਤੇ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਆਪਣੇ ਸੁਝਾਅ ਦਿੰਦੇ ਰਹਿਣਾ ਜੀ ਤੁਹਾਡੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਦਾ ਸਫ਼ਰ ਇਸੇ ਤਰ੍ਹਾਂ ਬਣਿਆ ਰਹੇਗਾ ਸੋ ਤਦ ਤੱਕ ਲਈ ਸਾਨੂੰ ਦਿਓ ਆਗਿਆ ਸਤਿ ਸ਼੍ਰੀ ਅਕਾਲ ਜੀ